ਨਹੀਂ ਅਸੀਂ ਨਹੀਂ ਆਏ ਜੀ, ਮਹਾਰਾਜ ਨੇ ਬੁਲਾਇਆ, ਇਹਦੇ ਲਈ ਧੰਨਵਾਦ ਕਰਦੇ ਹਾਂ ਕਿ ਮਹਾਰਾਜ ਨੇ ਅੱਜ ਫਿਰ ਸਾਨੂੰ ਆਪਦੇ ਦਰਸ਼ਨੇ ਦਿਦਾਰ ਬਖਸ਼ੇ ਨੇ, ਔਰ ਭਾਈ ਸਾਹਿਬ ਦਾ ਧੰਨਵਾਦ ਕਰਦੇ ਹਾਂ। ਹਰਿਮੰਦਰ ਸਾਹਿਬ ਆਉਂਦੇ ਹਾਂ, ਕਈ ਥਾਵਾਂ ਦਾ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਆਉਂਦੇ ਹਾਂ ਪਰਿਕਰਮਾ ਕਰਕੇ, ਪਾਠ ਕਰਕੇ, ਦਰਸ਼ਨ ਕਰਕੇ ਚਲੇ ਜਾਂਦੇ ਹਾਂ। ਕਈ ਸਥਾਨ ਇੰਨੇ ਨੇ ਹਰਿਮੰਦਰ ਸਾਹਿਬ 'ਚ ਦੇਖਣ ਵਾਲੇ ਕਿ ਸਾਨੂੰ ਨਹੀਂ ਪਤਾ ਲੱਗਦਾ, ਕਿਉਂਕਿ ਸਾਡੀ ਉੱਡੀ ਬੁੱਧੀ ਨਹੀਂ ਉੱਚ ਕੋਟੀ ਦੀ, ਪਰ ਭਾਈ ਸਾਹਿਬ ਨੇ ਉਹਨਾਂ ਸਾਰੇ ਸਥਾਨਾਂ ਦੇ ਦਰਸ਼ਨ ਕਰਾਏ ਲਈ ਭਾਈ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ। ਔਰ ਸਾਡਾ ਅੱਜ ਇੱਥੇ ਆਉਣ ਦਾ, ਮਹਾਰਾਜ ਦੇ ਚਰਨਾਂ 'ਚ ਸ਼ੁਕਰਾਨਾ ਕਰਨ ਦਾ ਇਰਾਦਾ ਸੀ ਕਿ ਸਾਡੀ ਫਿਲਮ ਹੈ ਜਿਹੜੀ ਸ਼ੁਕਰਾਨਾ, ਉਹ ਆ ਰਹੀ ਹੈ। ਸਾਨੂੰ ਲੱਗਿਆ ਕਿ ਸਭ ਤੋਂ ਵੱਡਾ ਜਿਹੜਾ ਸ਼ੁਕਰਾਨਾ ਹੈ ਸਿੱਖ ਲਈ ਹਰਿਮੰਦਰ ਸਾਹਿਬ ਤੋਂ ਉੱਤੇ ਦੁਨੀਆਂ 'ਚ ਕੁਛ ਨਹੀਂ, ਮਹਾਰਾਜ ਦਾ ਜਾ ਕੇ ਕੀਤਾ ਜਾਵੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਕੀਤਾ ਜਾਵੇ, ਬਾਬਾ ਦੀਪ ਸਿੰਘ ਜੀ ਦਾ ਕੀਤਾ ਜਾਵੇ, ਕਿ ਸਾਡੀ ਫਿਲਮ ਜਿਹੜੀ ਇਨਸਾਨੀਅਤ ਪਸੰਦ ਫਿਲਮ ਹੈ, ਜਿਹ 'ਚ ਇਹ ਦਰਸਾਇਆ ਗਿਆ ਕਿ ਮਹਾਰਾਜ ਦੀ ਰਜ਼ਾ 'ਚ ਕਿਵੇਂ ਰਹਿਣਾ, ਟਾਈਮ ਚੰਗਾ ਹੋਵੇ ਮਾੜਾ ਹੋਵੇ, ਜੇ ਸਾਡਾ ਚੰਗਾ ਟਾਈਮ ਆ ਉਹ ਵੀ ਸਾਨੂੰ ਮਹਾਰਾਜ ਨੇ ਬਖਸ਼ਿਆ, ਜੇ ਕੋਈ ਖੁਦਾ ਨਾ ਖਾਸ ਤੱਕ ਦੇ ਕੁਛ ਉਵੇਂ ਦਾ ਸਬੱਬ ਬਣ ਜਾਂਦਾ ਤਾਂ ਉਹਨੂੰ ਵੀ ਮਹਾਰਾਜ ਦੀ ਰਜ਼ਾ 'ਚ ਰਹਿ ਕੇ ਅਸੀਂ ਸਵੀਕਾਰ ਕਰੀਏ। ਸੋ ਫਿਲਮ ਹੈ ਜਿਹੜੀ ਉਹ ਇਨਸਾਨੀਅਤ ਪਸੰਦ ਲੋਕਾਂ ਦੀ ਗੱਲ ਕਰਦੀ ਹੈ, ਮਹਾਰਾਜ ਦੀ ਰਜ਼ਾ 'ਚ ਰਹਿਣ ਦੀ ਗੱਲ ਕਰਦੀ ਹੈ, ਸਭ ਤੋਂ ਵੱਡੀ ਜਿਹੜੀ ਗੱਲ ਹੈ ਸਾਂਝਿਆਂ ਪਰਿਵਾਰਾਂ ਦੀ ਗੱਲ ਕਰਦੀ ਹੈ, ਕਿਉਂਕਿ ਅੱਜ ਕੱਲ੍ਹ ਪੰਜਾਬ ਦੇ ਕਲਚਰ 'ਚੋਂ ਵਿਹੜੇ ਆਪਸੀ ਜੁਆਇੰਟ ਫੈਮਲੀਆਂ ਖਤਮ ਹੋ ਚੁੱਕੀਆਂ ਨੇ। ਸੋ ਕੋਸ਼ਿਸ਼ ਕੀਤੀ ਹੈ, ਮਹਾਰਾਜ ਨੇ ਕਰਵਾਈ ਹੈ, ਅਸੀਂ ਤਾਂ ਨਹੀਂ ਕੀਤੀ, ਲੈ ਕੇ ਆ ਰਹੇ ਹਾਂ ਜੀ 27 ਸਤੰਬਰ ਨੂੰ ਸ਼ੁਕਰਾਨਾ, ਔਰ ਸ਼ੁਕਰਾਨਾ ਸੰਗਤ ਦੇਖੇ ਅਤੇ ਉਦੋਂ ਬਾਅਦ 'ਚ ਕੋਟਨ ਮਹਾਰਾਜ ਦਾ ਸ਼ੁਕਰਾਨਾ ਕਰਨ ਜਲਦੀ ਦੁਬਾਰੇ ਫਿਰ ਆਵਾਂਗੇ। ਸੋ ਧੰਨਵਾਦ ਕਰਦੇ ਹਾਂ, ਔਰ ਗੁਰੂ ਮਹਾਰਾਜ ਦਾ ਸਭ ਤੋਂ ਵੱਡਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਕਾਰਜ ਬਖਸ਼ਿਆ, ਸੰਗਤ ਦਾ ਪਿਆਰ ਹੈ ਜੀ, ਅੱਗੇ ਵੀ ਮਹਾਰਾਜ ਕਿਰਪਾ ਕਰਨ, ਆਪ ਹੀ ਸੇਵਾ ਸਾਡੇ ਤੋਂ ਲੈਂਦੇ ਰਹਿਣ। ਪੰਥ ਦੀ ਚੜ੍ਹਦੀ ਕਲਾ ਵਾਲੀਆਂ ਫਿਲਮਾਂ, ਪੰਥ ਦੀ ਜਿਨ੍ਹਾਂ 'ਚ ਏਕਤਾ ਦਿਖਾਈ ਗਈ ਹੈ, ਜਿਨ੍ਹਾਂ 'ਚ ਸਰਬ ਸਾਂਝੀ ਬਾਣੀ ਦੀ, ਗੁਰਬਾਣੀ ਦੀ ਗੱਲ ਕੀਤੀ ਗਈ ਹੈ, ਭਾਈਚਾਰੇ ਦੀ ਗੱਲ ਕੀਤੀ ਗਈ ਹੈ, ਉਹ ਫਿਲਮਾਂ ਕੋਸ਼ਿਸ਼ ਕਰਾਂਗੇ ਮਹਾਰਾਜ ਆਪ ਸਿਰ 'ਤੇ ਹੱਥ ਰੱਖ ਕੇ ਸਾਡੇ ਤੋਂ ਬਣਵਾਉਂਦੇ ਰਹਿਣ, ਅਤੇ ਅਸੀਂ ਉਹਨਾਂ 'ਚ ਆਪਦਾ ਦਸਵੰਧ ਕੱਢਦੇ ਰਹੀਏ ਕੰਮ ਦੇ ਸਹਾਰੇ ਜੀ। ਬਹੁਤ ਮਿਹਰਬਾਨੀ, ਧੰਨਵਾਦ। ਬਸ ਮੇਰੀ ਇੰਨੀ ਹੈ ਕਿ ਸਾਰੇ ਸਰਬੱਤ ਦਾ ਭਲਾ ਮੰਗਦੇ ਹਾਂ। ਹਾਂਜੀ ਬਾਈ ਤੇ ਗੁਰੂ ਘਰ ਆਏ ਹਾਂ ਜੀ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਖੁਸ਼ ਰਹਿਣ, ਤੰਦਰੁਸਤ ਰਹਿਣ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਜੀ ਸਾਰਿਆਂ ਨੂੰ, ਅਤੇ ਪਰਮਾਤਮਾ ਸਬਰ ਸ਼ੁਕਰਾਨੇ ਦੇ ਨਾਲ ਆਪਾਂ ਜ਼ਿੰਦਗੀ ਜਾਈਏ। ਥੈਂਕ ਯੂ। ਨਹੀਂ ਅਸੀਂ ਨਹੀਂ ਆਏ ਜੀ, ਮਹਾਰਾਜ ਨੇ ਬੁਲਾਇਆ, ਇਹਦੇ ਲਈ ਧੰਨਵਾਦ ਕਰਦੇ ਹਾਂ ਕਿ ਮਹਾਰਾਜ ਨੇ ਅੱਜ ਫਿਰ ਸਾਨੂੰ ਆਪਦੇ ਦਰਸ਼ਨੇ ਦਿਦਾਰ ਬਖਸ਼ੇ ਨੇ, ਔਰ ਭਾਈ ਸਾਹਿਬ ਦਾ ਧੰਨਵਾਦ ਕਰਦੇ ਹਾਂ। ਹਰਿਮੰਦਰ ਸਾਹਿਬ ਆਉਂਦੇ ਹਾਂ, ਕਈ ਥਾਵਾਂ ਦਾ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਆਉਂਦੇ ਹਾਂ ਪਰਿਕਰਮਾ 'ਚ ਕਰਕੇ, ਪਾਠ ਕਰਕੇ, ਦਰਸ਼ਨ ਕਰਕੇ ਚਲੇ ਜਾਂਦੇ ਹਾਂ। ਕਈ ਸਥਾਨ ਇੰਨੇ ਨੇ ਹਰਿਮੰਦਰ ਸਾਹਿਬ 'ਚ ਦੇਖਣ ਵਾਲੇ ਕਿ ਸਾਨੂੰ ਨਹੀਂ ਪਤਾ ਲੱਗਦਾ, ਕਿਉਂਕਿ ਸਾਡੀ ਉੱਡੀ ਬੁੱਧੀ ਨਹੀਂ ਉੱਚ ਕੋਟੀ ਦੀ, ਪਰ ਭਾਈ ਸਾਹਿਬ ਨੇ ਉਹਨਾਂ ਸਾਰੇ ਸਥਾਨਾਂ ਦੇ ਦਰਸ਼ਨ ਕਰਾਏ ਲਈ ਭਾਈ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ। ਔਰ ਸਾਡਾ ਅੱਜ ਇੱਥੇ ਆਉਣ ਦਾ, ਮਹਾਰਾਜ ਦੇ ਚਰਨਾਂ 'ਚ ਸ਼ੁਕਰਾਨਾ ਕਰਨ ਦਾ ਇਰਾਦਾ ਸੀ ਕਿ ਸਾਡੀ ਫਿਲਮ ਹੈ ਜਿਹੜੀ ਸ਼ੁਕਰਾਨਾ, ਉਹ ਆ ਰਹੀ ਹੈ। ਸਾਨੂੰ ਲੱਗਿਆ ਕਿ ਸਭ ਤੋਂ ਵੱਡਾ ਜਿਹੜਾ ਸ਼ੁਕਰਾਨਾ ਹੈ ਸਿੱਖ ਲਈ ਹਰਿਮੰਦਰ ਸਾਹਿਬ ਤੋਂ ਉੱਤੇ ਦੁਨੀਆਂ 'ਚ ਕੁਛ ਨਹੀਂ, ਮਹਾਰਾਜ ਦਾ ਜਾ ਕੇ ਕੀਤਾ ਜਾਵੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਕੀਤਾ ਜਾਵੇ, ਬਾਬਾ ਦੀਪ ਸਿੰਘ ਜੀ ਦਾ ਕੀਤਾ ਜਾਵੇ, ਕਿ ਸਾਡੀ ਫਿਲਮ ਜਿਹੜੀ ਇਨਸਾਨੀਅਤ ਪਸੰਦ ਫਿਲਮ ਹੈ, ਜਿਹ 'ਚ ਇਹ ਦਰਸਾਇਆ ਗਿਆ ਕਿ ਮਹਾਰਾਜ ਦੀ ਰਜ਼ਾ 'ਚ ਕਿਵੇਂ ਰਹਿਣਾ, ਟਾਈਮ ਚੰਗਾ ਹੋਵੇ ਮਾੜਾ ਹੋਵੇ, ਜੇ ਸਾਡਾ ਚੰਗਾ ਟਾਈਮ ਆ ਉਹ ਵੀ ਸਾਨੂੰ ਮਹਾਰਾਜ ਨੇ ਬਖਸ਼ਿਆ, ਜੇ ਕੋਈ ਖੁਦਾ ਨਾ ਖਾਸ ਤੱਕ ਦੇ ਕੁਛ ਉਵੇਂ ਦਾ ਸਬੱਬ ਬਣ ਜਾਂਦਾ ਤਾਂ ਉਹਨੂੰ ਵੀ ਮਹਾਰਾਜ ਦੀ ਰਜ਼ਾ 'ਚ ਰਹਿ ਕੇ ਅਸੀਂ ਸਵੀਕਾਰ ਕਰੀਏ। ਸੋ ਫਿਲਮ ਹੈ ਜਿਹੜੀ ਉਹ ਇਨਸਾਨੀਅਤ ਪਸੰਦ ਲੋਕਾਂ ਦੀ ਗੱਲ ਕਰਦੀ ਹੈ, ਮਹਾਰਾਜ ਦੀ ਰਜ਼ਾ 'ਚ ਰਹਿਣ ਦੀ ਗੱਲ ਕਰਦੀ ਹੈ, ਸਭ ਤੋਂ ਵੱਡੀ ਜਿਹੜੀ ਗੱਲ ਹੈ ਸਾਂਝਿਆਂ ਪਰਿਵਾਰਾਂ ਦੀ ਗੱਲ ਕਰਦੀ ਹੈ, ਕਿਉਂਕਿ ਅੱਜ ਕੱਲ੍ਹ ਪੰਜਾਬ ਦੇ ਕਲਚਰ 'ਚੋਂ ਵਿਹੜੇ ਆਪਸੀ ਜੁਆਇੰਟ ਫੈਮਲੀਆਂ ਖਤਮ ਹੋ ਚੁੱਕੀਆਂ ਨੇ। ਸੋ ਕੋਸ਼ਿਸ਼ ਕੀਤੀ ਹੈ, ਮਹਾਰਾਜ ਨੇ ਕਰਵਾਈ ਹੈ, ਅਸੀਂ ਤਾਂ ਨਹੀਂ ਕੀਤੀ, ਲੈ ਕੇ ਆ ਰਹੇ ਹਾਂ ਜੀ 27 ਸਤੰਬਰ ਨੂੰ ਸ਼ੁਕਰਾਨਾ, ਔਰ ਸ਼ੁਕਰਾਨਾ ਸੰਗਤ ਦੇਖੇ ਅਤੇ ਉਦੋਂ ਬਾਅਦ 'ਚ ਕੋਟਨ ਮਹਾਰਾਜ ਦਾ ਸ਼ੁਕਰਾਨਾ ਕਰਨ ਜਲਦੀ ਦੁਬਾਰੇ ਫਿਰ ਆਵਾਂਗੇ। ਸੋ ਧੰਨਵਾਦ ਕਰਦੇ ਹਾਂ,
ਔਰ ਗੁਰੂ ਮਹਾਰਾਜ ਦਾ ਸਭ ਤੋਂ ਵੱਡਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਕਾਰਜ ਬਖਸ਼ਿਆ, ਸੰਗਤ ਦਾ ਪਿਆਰ ਹੈ ਜੀ। ਅੱਗੇ ਵੀ ਮਹਾਰਾਜ ਕਿਰਪਾ ਕਰਨ, ਆਪ ਹੀ ਸੇਵਾ ਸਾਡੇ ਤੋਂ ਲੈਂਦੇ ਰਹਿਣ। ਪੰਥ ਦੀ ਚੜ੍ਹਦੀ ਕਲਾ ਵਾਲੀਆਂ ਫਿਲਮਾਂ, ਪੰਥ ਦੀ ਜਿਨ੍ਹਾਂ 'ਚ ਏਕਤਾ ਦਿਖਾਈ ਗਈ ਹੈ, ਜਿਨ੍ਹਾਂ 'ਚ ਸਰਬ ਸਾਂਝੀ ਬਾਣੀ ਦੀ, ਗੁਰਬਾਣੀ ਦੀ ਗੱਲ ਕੀਤੀ ਗਈ ਹੈ, ਭਾਈਚਾਰੇ ਦੀ ਗੱਲ ਕੀਤੀ ਗਈ ਹੈ, ਉਹ ਫਿਲਮਾਂ ਕੋਸ਼ਿਸ਼ ਕਰਾਂਗੇ ਮਹਾਰਾਜ ਆਪ ਸਿਰ 'ਤੇ ਹੱਥ ਰੱਖ ਕੇ ਸਾਡੇ ਤੋਂ ਬਣਵਾਉਂਦੇ ਰਹਿਣ, ਅਤੇ ਅਸੀਂ ਉਹਨਾਂ 'ਚ ਆਪਦਾ ਦਸਵੰਧ ਕੱਢਦੇ ਰਹੀਏ ਕੰਮ ਦੇ ਸਹਾਰੇ ਜੀ। ਬਹੁਤ ਮਿਹਰਬਾਨੀ, ਧੰਨਵਾਦ। ਬਸ ਮੇਰੀ ਇੰਨੀ ਹੈ ਕਿ ਸਾਰੇ ਸਰਬੱਤ ਦਾ ਭਲਾ ਮੰਗਦੇ ਹਾਂ। ਹਾਂਜੀ, ਬੈਠੇ ਜੀ, ਗੁਰੂ ਘਰ ਆਏ ਹਾਂ ਜੀ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਖੁਸ਼ ਰਹਿਣ, ਤੰਦਰੁਸਤ ਰਹਿਣ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਜੀ ਸਾਰਿਆਂ ਨੂੰ, ਅਤੇ ਪਰਮਾਤਮਾ ਸਬਰ ਸ਼ੁਕਰਾਨੇ ਦੇ ਨਾਲ ਆਪਾਂ ਜ਼ਿੰਦਗੀ ਜਿਊਂਗੇ। ਥੈਂਕ ਯੂ।